ਤੋਂ ਵੱਡਾ ਇਸ਼ੂ ਹੈ ਅੱਜ ਕਿਸਾਨ ਮੰਡੀਆਂ 'ਚ ਰੁਲ ਰਿਹਾ। ਤਿੰਨ ਤਿੰਨ ਦਿਨ ਉਹਦੀ ਫਸਲ ਖਰੀਦੀ ਨਹੀਂ ਜਾਂਦੀ, ਕਿਉਂ? ਕਿਉਂਕਿ ਅੱਗੇ ਮਾਲ ਮੰਡੀ ਭਰੇ ਪਏ ਆ, ਉਹ ਆ ਨਹੀਂ ਸਕਦਾ। ਤਿੰਨ ਤਿੰਨ ਦਿਨ ਉਹਨੂੰ ਬਹਿਣਾ ਪੈਂਦਾ, ਆਪਣੀ ਫਸਲ ਦੀ ਰਾਖੀ ਕਰਨੀ ਪੈਂਦੀ ਹੈ। ਜਿਹੋ ਜਿਹਾ ਮੌਸਮ ਹੈ, ਕਿਸੇ ਟਾਈਮ ਵੀ ਜੇ ਮੌਸਮ ਵਿਗੜ ਜਾਏ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦੀ ਕਿਸਾਨੀ ਹੋਊਗਾ। ਮੈਂ ਤਾਂ ਹੈਰਾਨ ਹੈ ਕਿ ਪੰਜਾਬ ਸਰਕਾਰ ਦਾ ਕੋਈ ਆਫਿਸਰ, DC ਕੋਈ ਵੀ ਮੰਡੀਆਂ 'ਚ ਨਹੀਂ ਹੈ। ਗਲੱਟ ਹੋਇਆ ਪਿਆ, ਲਿਫਟਿੰਗ ਖਤਮ ਹੈ। ਇੰਨਾ ਕਿਓਸ ਮੰਡੀਆਂ 'ਚ ਮੈਂ ਅੱਜ ਤੱਕ ਨਹੀਂ ਦਿੱਤਿਆ, ਪਿਛਲੇ 20-25 ਸਾਲਾਂ 'ਚ ਇੰਨਾ ਨਹੀਂ ਦੇਖਿਆ ਕਿਓਸ ਜਿੰਨਾ ਹੁਣ ਇਸ ਸਰਕਾਰ ਦੇ ਥੱਲੇ। ਆ ਇਹਨਾਂ ਦੀ ਪਹਿਲੀ ਪ੍ਰੋਕਿਓਰਮੈਂਟ ਜਿਹੜੀ ਹੋਈ ਹੈ, ਇਹਦਾ ਇੰਨਾ ਬੁਰਾ ਹਾਲ ਹੈ। ਐਂ ਲੱਗਦਾ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਤੋਂ। ਦੂਜੀ ਗੱਲ ਜਿਹੜੀ ਹੈਗੀ, ਅੱਜ ਦਾ ਸਿਲੇਬਸ ਇਹਨਾਂ ਨੇ ਪੂਰਾ ਇਤਿਹਾਸ ਹੀ ਗਾਇਬ ਕਰ ਦਿੱਤਾ। ਜਿਹੜਾ ਮੈਂ ਇਸ ਸਰਕਾਰ ਬਾਰੇ ਦੇਖਿਆ, ਤੁਸੀਂ ਦੇਖੋ ਜੀ ਕਿ ਆਹ ਦਰਬਾਰ ਸਾਹਿਬ ਦੇ ਹੈਰੀਟੇਜ ਵਾਕ ਆਪਾਂ ਇੰਨੀ ਖੂਬਸੂਰਤ ਜਗ੍ਹਾ ਬਣਾਈ, ਮੇਨਟੇਨੈਂਸ ਖਤਮ, ਕੋਈ ਇੰਟਰਸਟ ਹੀ ਨਹੀਂ ਇਹਨਾਂ ਨੂੰ, ਕੋਈ ਮੇਨਟੇਨੈਂਸ ਦਾ ਇੰਟਰਸਟ ਨਹੀਂ ਹੈ। ਹੁਣ ਇਹਨੇ ਇਤਿਹਾਸ ਬਾਰੇ ਵੀ ਸਿਲੇਬਸ 'ਚੋਂ ਕੱਢ ਦਿੱਤਾ। ਜਿੰਨੀਆਂ ਆਪਣੀਆਂ ਯਾਦਗਾਰਾਂ ਬਣਾਈਆਂ ਉਹਨਾਂ ਦੀ ਮੇਨਟੇਨੈਂਸ ਬੰਦ ਕਰ ਦਿੱਤੀ, ਪੈਸੇ ਨਹੀਂ ਭੇਜ ਰਹੇ। ਹੁਣ ਜਿਹੜੇ ਅੰਮ੍ਰਿਤਸਰ ਦੀ ਹੋਲੀ ਸਿਟੀ ਇੰਨੀ ਖੂਬਸੂਰਤ ਬਣਾਈ ਸੀ, ਅੱਜ ਮੈਂ ਦੇਖਿਆ ਕਿੰਨਾ ਗੰਦ ਪਿਆ ਸੀ। BRTS ਸਿਸਟਮ ਜਿਹੜਾ ਬਹੁਤ ਵੱਡਾ ਰੈਵੋਲਿਊਸ਼ਨਰੀ ਸਟੈਪ ਸੀ, ਉਹ ਵੀ ਹਾਲੇ ਤੱਕ ਉਹਨਾਂ ਨੇ ਚਾਲੂ ਨਹੀਂ ਕੀਤਾ। ਬੱਸਾਂ 1 ਸਾਲ ਦੀਆਂ ਉੱਥੇ ਖੜੀਆਂ, 1 ਸਾਲ ਬਾਅਦ ਉਹਨਾਂ ਨੂੰ ਇੰਜਨ ਵੀ ਸੀਜ਼ ਹੋ ਜਾਂਦੇ। ਆਹ ਹਰ ਚੀਜ਼ ਨੂੰ ਪ੍ਰੋਫਿਟ ਨਾਲ ਗਿਣਦੇ ਆ ਕਿ ਹਰ ਇਹਦੇ ਸਾਡਾ ਮੁਨਾਫਾ ਕਿੰਨਾ ਹੁੰਦਾ, ਸਾਡੇ ਕੋਲ ਪ੍ਰੋਫਿਟ ਨਹੀਂ ਆਉਂਦਾ। ਸਰਕਾਰਾਂ ਦਾ ਕੰਮ ਪ੍ਰੋਫਿਟ ਨਹੀਂ, ਸਰਕਾਰਾਂ ਦਾ ਕੰਮ ਹੈ ਵੈਲਫੇਅਰ ਸਟੇਟ ਹੁੰਦੀ ਹੈ ਸਰਕਾਰ। ਆ ਇਹਨਾਂ ਨੂੰ BRTS ਜਾਂ ਇੱਥੇ ਹੈਰੀਟੇਜ ਵਾਕ ਦੀ, ਜਾਂ ਜਿਹੜੇ ਥੱਲੇ ਆਪਾਂ ਜਿਹੜਾ ਆਪਾਂ ਇੰਟਰਪ੍ਰੇਸ਼ਨ ਸੈਂਟਰ ਬਣਾਇਆ, ਜੇ 6-6 ਮਹੀਨੇ ਤਨਖਾਹ ਨਹੀਂ ਦਿਉਂਗੇ, ਓਬਵੀਅਸਲੀ ਕਿੰਨਾ ਬਾੜਾ ਇੰਪਰੈਸ਼ਨ ਬਾਹਰਲੇ ਜਿਹੜੇ ਗੈਸਟ ਆ ਰਹੇ ਆ, ਜਿਹੜੇ ਆਪਣੇ ਪਿਲਗ੍ਰਿਮਸ ਆ ਰਹੇ ਆ, ਉਹਨਾਂ ਨੂੰ ਕਿਹੋ ਜਿਹਾ ਲੱਗੂਗਾ ਕਿ ਕਿੰਨੀ ਸੋਹਣੀ ਚੀਜ਼ ਬਣੀ ਸੀ, ਸਾਰੀ ਖਰਾਬ ਹੋ ਰਹੀ ਹੈ। ਸੋ ਐਟ ਦ ਮੋਮੈਂਟ ਮੈਂ ਕਹਿ ਸਕਦਾ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਕਲੈਪਸ ਕਰ ਗਈ ਹੈ। ਮੈਂ ਕਹਿੰਦਾ ਕਿ ਇਹ ਨਾਸਤਿਕ ਹੈ। ਤੁਸੀਂ ਇਹਨਾਂ ਨੂੰ ਦੇਖਿਆ ਕਿ ਆਹ ਤਾਂ ਤੁਸੀਂ ਵਿਸਾਖੀ ਦੀ ਛੁੱਟੀ ਬੰਦ ਕਰਤੀ ਸੀ ਇਹਨਾਂ ਨੇ, ਤੁਸੀਂ ਵਿਸਾਖੀ ਦੀ ਛੁੱਟੀ ਇਹਨਾਂ ਨੇ ਬੰਦ ਕਰਤੀ, ਜੋ ਰੌਲਾ ਪਾਇਆ ਫਿਰ ਵਿਸਾਖੀ ਦੀ ਛੁੱਟੀ ਇਹਨਾਂ ਨੇ ਸ਼ੁਰੂ ਕੀਤੀ। ਆਹ ਡਿਸਇੰਟਰਸਟਿਡ ਹੈ, ਇਹਨਾਂ ਕੋਈ ਇੰਟਰਸਟ ਨਹੀਂ, ਕੋਈ ਇਹਨਾਂ ਨੂੰ ਫੇਥ ਨਹੀਂ ਕੋਈ। ਹੁਣ ਬਾਦਲ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ, ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਸਰਕਾਰੀ ਤੌਰ 'ਤੇ ਮਨਾਏ ਜਾਂਦੇ ਸੀ, ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਸਰਕਾਰੀ ਖਰਚੇ ਨਾਲ ਸਜਾਇਆ ਸੀ। ਮਤਲਬ ਘੱਟ ਤੋਂ ਘੱਟ 1,000 ਕਰੋੜ ਲਾਇਆ ਸੀ, ਇੱਥੇ 5 ਕਰੋੜ ਨਹੀਂ ਲਾ ਸਕਦੇ? ਗਾਉਣ ਵਾਸਤੇ ਅੱਜ ਕੱਲ੍ਹ ਸਾਡੀ ਮੀਟਿੰਗ ਵੀ ਹੈਗੀ, ਅਤੇ ਮੈਂ ਨਾ ਲੋਕਾਂ ਨੂੰ ਖੜ੍ਹਾ ਹੋਣਾ ਚਾਹੀਦਾ। ਹੁਣ ਜੇ ਜੀ ਜਾਈ ਜੀ ਮਾਹੌਲ ਬਣੀ ਹੈ, ਹੁਣ ਇਹਨਾਂ ਨੇ ਤੁਸੀਂ ਨਾ ਪੈਨਸ਼ਨ ਆਈ ਹੈ, ਨਾ ਸ਼ਗਨ ਆਇਆ, ਸਾਰਾ ਕੁਝ ਬੰਦ ਹੈ। ਕਿਸਾਨਾਂ ਨਾਲ ਜਿਹੜਾ ਇਹਨਾਂ ਕਰਜ਼ੇ ਦੀ ਗੱਲ ਕੀਤੀ ਸੀ, ਉਹ ਵੀ ਫਰੋਡ ਕਰਤਾ ਇਹਨਾਂ ਨੇ। ਸੋ ਆਹ ਆਹ ਆਪਣਾ ਸਾਰੀ ਗੇਮ ਹੀ ਇਹਨਾਂ ਦੀ ਫਰੋਡ ਸਟੇਟਮੈਂਟ 'ਤੇ ਲੱਗੀ ਹੈ, ਅਤੇ ਗੱਲ ਪਾਉਂਦੇ ਕਿ ਸੈਂਟਰ ਕਰੂਗੀ, ਸੈਂਟਰ ਦਾ ਤਾਂ ਵਾਅਦਾ ਕੀਤਾ ਨਹੀਂ ਸੀ। ਸ਼ਾਕਟ ਇਲੈਕਸ਼ਨ ਦੀ ਪੂਰੀ ਤਿਆਰੀ ਹੈ, ਕੱਲ੍ਹ ਅਸੀਂ ਮੀਟਿੰਗ ਵੀ ਸੱਦੀ ਹੈ ਸਾਰੀ ਆਰਗਨਾਈਜੇਸ਼ਨ ਦੀ, ਐਂਡ ਵੀ ਆਰ ਰੈਡੀ ਟੂ ਫਾਈਟ। ਨਵਜੋਤ ਸਿੰਘ ਸਿੱਧੂ ਨੂੰ ਪਤਾ ਹੀ ਨਹੀਂ ਕੀ ਚੀਜ਼ ਆ, ਉਹ ਅਖੀਰਲੇ ਦਿਨ ਰਹਿ ਗਏ ਉਹਦੇ 'ਚ, ਉਹਨੂੰ ਪਤਾ ਜਿਹੋ ਜਿਹੀ ਹਾਲਾਤ ਬਣੀ ਜਾਂਦੀ ਹੈ। ਉਹ ਤਾਂ ਸਰਕਾਰ ਨੇ ਕਿਹਾ ਤਾਂ ਸੀ ਵੱਡਾ ਕਾਤਲ ਹੈ। ਜਿਸ ਸਰਕਾਰ 'ਚੋਂ ਮੰਤਰੀ ਹੈ,
ਉਹ ਸਰਕਾਰ ਕਹਿੰਦੀ ਹੈ ਕਿ ਇਹਨੇ ਮਰਡਰ ਕੀਤਾ ਹੈ, ਅਤੇ ਜਿਹੜੀ ਸਰਕਾਰ ਕਹਿ ਇਹਨੂੰ ਮਰਡਰ ਕੀਤਾ, ਅਤੇ ਮੈਨੂੰ ਲੱਗਦਾ ਨੈਤਿਕਤਾ ਦੇ ਤੌਰ 'ਤੇ ਇੱਕ ਮਿੰਟ ਨਹੀਂ ਉਹਨੂੰ ਰਹਿਣਾ ਚਾਹੀਦਾ। ਮੈਂ ਤਾਂ ਕਹਿੰਦਾ ਜੀ ਨਵਜੋਤ ਸਿੰਧੂ ਹੈ, ਕਹਿੰਦਾ ਕੁਛ ਕਰਦਾ ਕੁਛ ਹੈ, ਉਹਦੀ ਅਸਲੀ ਚਿਹਰਾ ਸਾਹਮਣੇ ਆ ਗਿਆ। ਤੁਸੀਂ ਦੇਖੋ ਸਭ ਤੋਂ ਜ਼ਰੂਰੀ, ਉਹ ਇੱਥੋਂ ਦੀ ਅੰਮ੍ਰਿਤਸਰ ਦੀ ਗੁਰੂ ਘਰ ਦੀ ਸ਼ਹਿਰ ਦਾ ਨੁਮਾਇੰਦਾ, ਲੋਕਲ ਬਾਡੀ ਡਿਪਾਰਟਮੈਂਟ ਉਹਦਾ, ਗੁਰੂ ਘਰ ਦੀ ਕੀ ਹਾਲਾਤ ਹੋਈ ਉਹਦੇ ਥੱਲੇ, ਕਿੰਨੀ ਇੱਥੇ ਗੰਦ ਪੈ ਗਿਆ ਕਿ ਹੈਰੀਟੇਜ ਸਟਰੀਟ ਉਹਦੇ ਥੱਲੇ ਹੈ। ਜੇ ਆਪਣਾ ਮਿਨਿਸਟਰ ਇੱਥੋਂ ਦਾ ਹੋਏ ਅਤੇ ਇੰਨੀਆਂ ਜਿਹੜੀਆਂ ਗੁਰੂ ਘਰ ਦੀਆਂ ਇੰਨੀਆਂ ਚੀਜ਼ਾਂ ਹੈ ਉਹਨੂੰ ਸੰਭਾਲ ਨਾ ਸਕੇ, ਅਤੇ ਫਿਰ ਉਹਦਾ ਇਕੱਲਾ ਲਾਫਟਰ ਹੱਸਣਾ, ਉਹ ਤਾਂ ਮਜ਼ਾਕ ਉਡਾਉਂਦਾ ਲੋਕਾਂ ਦਾ ਟੀ ਵੀ 'ਤੇ ਬਹਿ ਕੇ ਪੈਸੇ ਕਮਾਉਂਦਾ। ਸੀ ਇਹਨਾਂ ਨੇ ਜਿਵੇਂ ਇਹਨਾਂ ਨੇ ਪੋਲ ਵਾਇਲੇਸ਼ਨਸ ਕੀਤੀਆਂ, ਆ ਇਲੈਕਸ਼ਨ ਕਮਿਸ਼ਨ ਨੂੰ ਸਮਝਦੇ ਨਹੀਂ ਕੁਛ। ਆ ਤਾਂ ਇਲੈਕਸ਼ਨ, ਜਿੰਨੀਆਂ ਇਲੈਕਸ਼ਨ ਦੀ ਧੱਜੀ ਇਹਨਾਂ ਨੇ ਲਾਈ, ਡੈਮੋਕ੍ਰੇਸੀ ਦੀ ਧੱਜੀ ਇਹਨਾਂ ਨੇ ਲਾਈ ਹੈ, ਹੁਣ ਵੀ ਤੁਸੀਂ ਦੇਖੋ ਉੱਥੇ ਗਰਾਂਟਾਂ ਖੁੱਲ੍ਹੇਆਮ ਦੇ ਤੀਆਂ, ਉੱਥੇ ਇਹਨਾਂ ਨੇ ਹੁਣ ਜਿਵੇਂ ਹੁਣੀ ਦੇ ਗ੍ਰਾਂਟ ਦੇ ਜਾਂ ਕੋਡ ਵੀ ਵਾਇਲੇਟ ਕਰਤਾ, ਕੋਡ ਲੱਗਣ ਤੋਂ ਬਾਅਦ ਇਹਨੇ ਬਦਲੀਆਂ ਵੀ ਕਰਤੀਆਂ। ਸੋ ਕੰਪਲੀਟ ਵਾਇਲੇਸ਼ਨ। ਆਹ ਤਾਂ ਚਾਹੁੰਦੇ ਆਏ ਵੀ ਡਿਮਾਂਡ ਕਿ ਇੱਕ ਸਪੈਸ਼ਲ ਓਬਜ਼ਰਵਰ, 3-4 ਸਪੈਸ਼ਲ ਲੱਗਣੇ ਚਾਹੀਦੇ ਹੈ, ਜਿੱਥੇ ਉਹਨਾਂ ਨੇ ਪਿਛਲੀ ਵਾਰ ਗੁਰਦਾਸਪੁਰ 'ਚ ਇਹਨਾਂ ਨੇ ਕੋਈ ਓਬਜ਼ਰਵਰ ਆਏ ਨਹੀਂ, ਜਿਹਦੇ ਕਰਕੇ ਉਹਨਾਂ ਨੇ ਪੂਰਾ ਮਾਫੀਆ ਤੌਰ 'ਤੇ ਕਬਜ਼ਾ ਹੀ ਕਰ ਲਿਆ ਸੀ। ਉਹੀ ਤਰੀਕਾ ਉਹ ਸੋਚਦੇ ਕਿ ਸੇਮ ਤਰੀਕਾ ਇੱਥੇ ਅਪਣਾਉਣਾ ਚਾਹੁੰਦੇ।